ओम शांति। अज 18/10/2023 की बाणी है। बाबा आखदे ने मिठे बच्चे देह दे संबंधा विच बंधन है, इसलिए दुख है। देही दे संबंध विच रहो तां अथाह सुख मिल जाएगा। एक मात पिता की याद रहेगी। अज बाबा ने अपने बच्चों को प्रश्न पूछा, किस नशे विच रहो तां माया ते जित पाउण दी हिम्मत आ जाएगी। अज बाबा का उत्तर है, नशा रहे कि कल्प कल्प असी बाप दी याद नाल आया दुश्मन ते विजयी बन, माया दुश्मन ते विजयी बन, हीरा वर्गा बने। हाँ, खुद खुदा साडा मात पिता है। इसी समृद्धि अते नशे नाल हिम्मत आ जाएगी। हिम्मत रखण वाले बच्चे विजयी जरूर बनते हैं अते सदा गॉडली सर्विस ते ही तत्पर रहते हैं। गीत है अज दा, तुम्हारे बुलाने को जी चाहता है। ओम शांति। देवी देवता दे पुजारी पर लौकिक मात पिता नू याद तां करदे ही आए है अते भगत भी जानते हैं, सानू भगती दा फल देण मात पिता नू आना है जरूर। हुण ओ मात पिता कौन है, ये तां विचारे जानते ही नहीं। पुकारदे है इस नाल सिद्ध हुंदा है, उहनां दा संबंध जरूर है। एक हुंदा है लौकिक संबंध, दूसरा हुंदा है परलौकिक संबंध। लौकिक संबंध तां अनेक तरहां दे है, काका चाचा मामा आदि आदि, ये है लौकिक बंधन। इस लई परम पिता परमात्मा नूं बुलाउंदे है। ये तां बच्चिआं नूं पता है, सतयुग विच कोई बंधन नहीं। बाप नूं बुलाउंदे है कि असीं हुण बंधन विच हाँ, ਤੁਹਾਡੇ ਸੰਬੰਧ ਵਿੱਚ ਆਉਣਾ ਚਾਹੁੰਦੇ ਹਾਂ। ਭਗਤਾਂ ਨੂੰ ਯਾਦ ਹੈ ਅਸੀਂ ਅਨੇਕ ਤਰ੍ਹਾਂ ਦੇ ਬੰਧਨਾਂ ਵਿੱਚ ਹਾਂ। ਦੇਹ ਦਾ ਸਿਮਰਨ ਹੋਣ ਕਾਰਨ ਬੰਧਨ ਬਹੁਤ ਹੈ। ਦੇਹ ਦੇ ਸੰਬੰਧ ਨਾਲ ਇੱਕ ਹੀ ਮਾਤ ਪਿਤਾ ਯਾਦ ਰਹਿੰਦਾ ਹੈ। ਲੌਕਿਕ ਅਤੇ ਪਰਲੌਕਿਕ ਨੂੰ ਯਾਦ ਕਰਨ ਵਿੱਚ ਰਾਤ ਦਿਨ ਦਾ ਫਰਕ ਹੈ। ਇਹ ਹੈ ਜਿਸਮਾਨੀ ਬੰਧਨ ਅਤੇ ਉਹ ਹੈ ਰੂਹਾਨੀ ਸੰਬੰਧ। ਜਿਸਮਾਨੀ ਸੰਬੰਧ ਵਿੱਚ ਸਤਿਯੁਗ ਵਿੱਚ ਰਹਿੰਦੇ ਹੈ, ਕਿਉਂਕਿ ਉੱਥੇ ਸੁੱਖ ਦਾ ਸੰਬੰਧ ਕਹਾਂਗੇ, ਇੱਥੇ ਫਿਰ ਦੁੱਖ ਦਾ ਬੰਧਨ ਕਹਾਂਗੇ। ਉਹਨਾਂ ਨੂੰ ਸੰਬੰਧ ਨਹੀਂ ਕਹਾਂਗੇ। ਇਹਨਾਂ ਗੱਲਾਂ ਦਾ ਅੱਗੇ ਪਤਾ ਨਹੀਂ ਸੀ, ਹੁਣ ਸਮਝ ਗਏ ਹੈ। ਪੁਕਾਰਦੇ ਜ਼ਰੂਰ ਹੈ, ਹੇ ਮਾਤ ਪਿਤਾ ਆਓ। ਬਾਪ ਤਾਂ ਜ਼ਰੂਰ ਸਭ ਨੂੰ ਸੁੱਖ ਹੀ ਦੇਣਗੇ, ਪਰ ਬਾਪ ਕੀ ਸੁੱਖ ਦਿੰਦੇ ਹੈ ਇਹ ਕਿਸੇ ਨੂੰ ਪਤਾ ਨਹੀਂ ਹੈ। ਹੁਣ ਬਾਪ ਨਾਲ ਸੰਬੰਧ ਹੈ, ਉਸ ਤੋਂ ਸਦਾ ਸੁੱਖ ਮਿਲਦਾ ਹੈ। ਸੁੱਖ ਨੂੰ ਸੰਬੰਧ, ਦੁੱਖ ਨੂੰ ਬੰਧਨ ਕਹਾਂਗੇ। ਤਾਂ ਬੱਚੇ ਮਾਤ ਪਿਤਾ ਨੂੰ ਬੁਲਾਉਂਦੇ ਹੈ ਕਿ ਜਾ ਕੇ ਅਜਿਹੀਆਂ ਮਿੱਠੀਆਂ ਗੱਲਾਂ ਸੁਣਾਓ। ਉਹ ਇਨਡਾਇਰੈਕਟ ਬੁਲਾਉਂਦੇ ਹੈ, ਤੁਸੀਂ ਡਾਇਰੈਕਟ ਬੁਲਾਉਂਦੇ ਹੈ। ਉਹ ਵੀ ਯਾਦ ਕਰਦੇ ਹੈ, ਹੇ ਪਰਮ ਪਿਤਾ ਪਰਮਾਤਮਾ, ਪਿਤਾ ਹੈ ਤਾਂ ਜ਼ਰੂਰ ਮਾਤਾ ਵੀ ਹੋਣੀ ਚਾਹੀਦੀ ਹੈ, ਨਹੀਂ ਤਾਂ ਬਾਪ ਕ੍ਰੀਏਟ ਕਿਵੇਂ ਕਰੇ? ਸ਼ਿਵ ਬਾਬਾ ਨੂੰ ਬੱਚੇ ਚਿੱਠੀ ਕਿਵੇਂ ਲਿਖਣਗੇ? ਇਵੇਂ ਤਾਂ ਉਹ ਪੜ੍ਹ ਨਾ ਸਕੇ, ਸ਼ਿਵ ਬਾਬਾ ਤੇ ਇੱਥੇ ਬੈਠੇ ਹੈ। ਇਸ ਲਈ ਲਿਖਦੇ ਹੈ, ਸ਼ਿਵ ਬਾਬਾ ਥਰੂ ਬ੍ਰਹਮਾ। ਸ਼ਿਵ ਬਾਬਾ ਜ਼ਰੂਰ ਕੋਈ ਤੇ ਸਰੀਰ ਧਾਰਨ ਕਰਦੇ ਹੈ, ਗਾਉਂਦੇ ਵੀ ਹੈ। ਆਤਮਾ ਪਰਮਾਤਮਾ ਅਲੱਗ ਰਹੇ ਬਹੁਕਾਲ, ਸਤਿਗੁਰੂ ਉਸ ਨੂੰ ਕਿਹਾ ਜਾਂਦਾ ਹੈ। ਉਹ ਹੈ ਸਰਬ ਦਾ ਸਦਗਤੀ ਦਾ ਤਾਂ ਉਹ ਆ ਕੇ ਇਸ ਸਰੀਰ ਵਿੱਚ ਪ੍ਰਵੇਸ਼ ਕਰਦੇ ਹੈ, ਫਿਰ ਇਹਨਾਂ ਨੂੰ 84 ਜਨਮਾਂ ਦਾ ਰਾਜ ਬੈਠ ਦੱਸਦੇ ਹੈ। ਬ੍ਰਹਮਾ ਦੀ ਰਾਤ, ਬ੍ਰਹਮਾ ਦਾ ਦਿਨ ਗਾਇਆ ਹੋਇਆ ਹੈ। ਪਹਿਲੇ ਹੈ ਪਰਮ ਪਿਤਾ ਪਰਮਾਤਮਾ ਰਚਤਾ, ਬ੍ਰਹਮਾ ਵਿਸ਼ਨੂੰ ਸ਼ੰਕਰ ਨੂੰ ਵੀ ਰਚਦੇ ਹੈ। ਬਰੋਬਰ ਪਰਮ ਪਿਤਾ ਬ੍ਰਹਮਾ ਦੀ ਰਾਤ ਨੂੰ ਫਿਰ ਬ੍ਰਹਮਾ ਦਾ ਦਿਨ ਬਣਾਉਣ ਆਉਂਦੇ ਹੈ। ਪ੍ਰਜਾਪਿਤਾ ਬ੍ਰਹਮਾ ਦਾ ਦਿਨ ਅਤੇ ਪ੍ਰਜਾਪਿਤਾ ਬ੍ਰਹਮਾ ਕੁਮਾਰੀਆਂ ਦਾ ਵੀ ਦਿਨ ਹੋਇਆ। ਦਿਨ ਕਿਹਾ ਜਾਂਦਾ ਹੈ ਸਤਯੁਗ ਤ੍ਰੇਤਾ ਨੂੰ, ਰਾਤ ਦੁਆਪਰ ਕਲਯੁਗ ਨੂੰ। ਹੁਣ ਤੁਸੀਂ ਬੱਚੇ ਆਏ ਹੋ ਬਾਪ ਕੋਲੋਂ ਸਵਰਗ ਦਾ ਵਰਸਾ ਲੈਣ। ਉਹਨਾਂ ਦੇ ਲਈ ਗਾਉਂਦੇ ਹੈ, ਤਮੇ ਮਾਤਾ ਚ ਪਿਤਾ ਤਮੇਵ, ਸਕਾ ਰੂਪ ਨਾਲ ਹਲਕੇ ਰੂਪ ਵਿੱਚ ਆ ਕੇ ਬਹਿਲਾਉਂਦੇ ਹੈ। ਮੁੱਖ ਹੈ ਤਿੰਨ ਸੰਬੰਧ, ਬਾਪ, ਟੀਚਰ, ਸਤਿਗੁਰੂ। ਇਹਨਾਂ ਤੋਂ ਹੀ ਫਾਇਦਾ ਹੈ, ਬਾਕੀ ਕਾਕਾ ਚਾਚਾ ਮਾਮਾ ਆਦਿ ਸੰਬੰਧਾਂ ਦੀ ਕੋਈ ਗੱਲ ਨਹੀਂ। ਤਾਂ ਸੰਪੂਰਨ ਬਾਪ ਹੈ ਜੋ ਉਹ ਹੈ, ਉਹ ਆ ਕੇ ਬੱਚਿਆਂ ਨੂੰ ਸੰਪੂਰਨ ਬਣਾਉਂਦੇ ਹੈ। 16 ਕਲਾ ਤੁਸੀਂ ਬਣ ਰਹੇ ਹੋ, ਤੁਸੀਂ ਅਨੁਭਵੀ ਹੋ, ਦੂਸਰਾ ਕੋਈ ਕਿਵੇਂ ਜਾਣੇ? ਜਦੋਂ ਤੱਕ ਤੁਸੀਂ ਬੱਚਿਆਂ ਦੇ ਸੰਗ ਵਿੱਚ ਨਾ ਆਏ, ਉਦੋਂ ਤੱਕ ਉਹ ਕਿਵੇਂ ਸਮਝ ਸਕਣ? ਹੁਣ ਤੁਸੀਂ ਜਾਣਦੇ ਹੋ ਭਗਤੀ ਮਾਰਗ ਵਿੱਚ ਵੀ ਬੰਧਨ ਹੈ,
याद उदों करदे है जदों कि रावण रूपी पंज विकारां दे बंधन विच है। बाप दा नाम है ही लिबरेटर, अंग्रेजी अक्खर बहुत वधिया है, लिबरेट करदे है, मनुखां नूं लिबरेट कीता जांदा है, दुख तों माया दे बंधन तों लिबरेट करन आउंदे है। फिर गाइड भी है, गीता विच भी है, मच्छरां दे दृश्य सदृश्य सब नूं वापिस लै जांदे। हाँ तां जरूर विनाश भी होवेगा, ये तां गाया होया है, ब्रह्मा द्वारा स्थापना शंकर द्वारा विनाश करवाउंदे है, फिर जो स्थापना करदे है उन्हां द्वारा ही पालना हुंदी है। हुण तुसीं तैयार हो रहे हो नंबर वार पुरशार्थ अनुसार, देह दे बंधन नूं बुद्धि तों तोड़ना है। सन्यासी लोग ते घर वार छड भज जांदे है, तुसीं घरस्थी व्यवहार विच रहिंदे राजयोग सिखदे है, उन्हां दा भी मिसाल है। ਉਹ ਫਿਰ ਜਾ ਕੇ ਆਨੂ ਚ ਜਨਕ ਬਣਿਆ। ਬਹੁਤ ਬੱਚੇ ਕਹਿੰਦੇ ਹੈ ਜਨਮ ਮਿਸਲ ਅਸੀਂ ਆਪਣੀ ਰਾਜਧਾਨੀ ਵਿੱਚ ਰਹਿੰਦੇ ਗਿਆਨ ਉਠਾਵੇਂ। ਆਪਣੇ ਘਰ ਦਾ ਤਾਂ ਹਰੇਕ ਰਾਜਾ ਹੈ ਨਾ, ਮਾਲਿਕ ਨੂੰ ਰਾਜਾ ਕਿਹਾ ਜਾਂਦਾ ਹੈ, ਬਾਪ ਹੈ, ਉਹਨਾਂ ਦੀ ਇਸਤਰੀ ਬੱਚੇ ਆਦਿ ਹੈ। ਇਹ ਹੈ, ਇਹ ਹੋ ਗਈ ਹੱਦ ਦੀ ਰਚਨਾ। ਕ੍ਰੀਏਟਰ ਵੀ ਕਰਦੇ ਹੈ, ਕ੍ਰੀਏਟ ਵੀ ਕਰਦੇ ਹੈ, ਪਾਲਣਾ ਵੀ ਕਰਦੇ ਹੈ, ਬਾਕੀ ਸਹਾਰ ਨਹੀਂ ਕਰ ਸਕਦੇ, ਕਿਉਂਕਿ ਸ੍ਰਿਸ਼ਟੀ ਨੂੰ ਤਾਂ ਵ੍ਰਿਧੀ ਨੂੰ ਪਾਉਣਾ ਹੀ ਹੈ, ਸਭ ਪੈਦਾ ਹੀ ਕਰਦੇ ਰਹਿੰਦੇ ਹੈ। ਸਿਰਫ ਬੇਹਦ ਦਾ ਬਾਪ ਹੀ ਆਉਂਦੇ ਹੈ ਜੋ ਨਵੀਂ ਰਚਨਾ ਰਚਦੇ ਹੈ ਅਤੇ ਪੁਰਾਣੀ ਦਾ ਵਿਨਾਸ਼ ਕਰਾਉਂਦੇ ਹੈ। ਨਵੀਂ ਸ੍ਰਿਸ਼ਟੀ ਦੀ ਸਥਾਪਨਾ ਅਤੇ ਪੁਰਾਣੀ ਦਾ ਵਿਨਾਸ਼ ਸੂਤਾ ਬ੍ਰਹਮਾ ਵਿਸ਼ਨੂੰ ਸ਼ੰਕਰ ਦਾ ਰਚਯਿਤਾ ਪਰਮ ਪਿਤਾ ਪਰਮਾਤਮਾ ਹੀ ਕਰਨਗੇ। ਇਹਨਾਂ ਗੱਲਾਂ ਨੂੰ ਤੁਸੀਂ ਬੱਚੇ ਚੰਗੀ ਤਰ੍ਹਾਂ ਸਮਝਦੇ ਹੈ। ਗੱਲਾਂ ਤਾਂ ਬੜੀਆਂ ਸਹਿਜ ਹੈ, ਨਾਮ ਹੀ ਰੱਖਿਆ ਹੋਇਆ ਹੈ ਸਹਿਜ ਯੋਗ ਅਤੇ ਯਾਦ। ਭਾਰਤ ਦਾ ਗਿਆਨ ਅਤੇ ਯੋਗ ਨਾਮੀ ਗ੍ਰਾਮੀ ਹੈ। ਬਾਪ ਹੁਣ ਤੁਹਾਨੂੰ ਬੱਚਿਆਂ ਨੂੰ ਦੈਵੀ ਮਤ ਦਿੰਦੇ ਹੈ, ਜਿਸ ਨਾਲ ਤੁਸੀਂ ਸਦੈਵ ਹਰਸ਼ਿਤ ਰਹੋਗੇ। ਮਾਤ ਪਿਤਾ ਨਾਲ ਹੀ ਨਵੀਂ ਸ੍ਰਿਸ਼ਟੀ ਦੀ ਰਚਨਾ ਹੁੰਦੀ ਹੈ, ਇਹ ਤਾਂ ਸਭ ਜਾਣਦੇ ਹੈ। ਸਾਨੂੰ ਖੁਦਾ ਨੇ ਪੈਦਾ ਕੀਤਾ ਹੈ, ਹੁਣ ਤੁਸੀਂ ਸਮਝਦੇ ਹੋ ਖੁਦਾ ਕਿਵੇਂ ਆ ਕੇ ਨਵੀਂ ਸ੍ਰਿਸ਼ਟੀ ਰਚਦੇ ਹੈ। ਨਵੀਂ ਸ੍ਰਿਸ਼ਟੀ ਅਡਾਪਟ ਕਰਦੇ ਹੈ, ਮਾਤ ਪਿਤਾ ਤਾਂ ਜ਼ਰੂਰ ਹੈ, ਬਾਪ ਹੈ, ਫਿਰ ਖੁਦਾ ਵੀ ਇਹਨਾਂ ਦੁਆਰਾ ਅਡਾਪਟ ਕਰਦੇ ਹੈ। ਤਾਂ ਇਹ ਵੱਡੀ ਮਾਤਾ ਹੋ ਗਈ, ਫਿਰ ਪਹਿਲੇ ਨੰਬਰ ਵਿੱਚ ਸਰਸਵਤੀ ਨੂੰ ਅਡਾਪਟ ਕੀਤਾ ਹੈ, ਬਾਪ ਨੇ ਇਹਨਾਂ ਵਿੱਚ ਪ੍ਰਵੇਸ਼ ਕੀਤਾ ਹੈ ਨਾ। ਇਹ ਮੰਮਾ ਤਾਂ ਅਡਾਪਟਡ ਹੈ, ਤੁਹਾਡੇ ਲਈ ਤਾਂ ਮਾਤ ਪਿਤਾ ਹੈ, ਸਾਡੇ ਲਈ ਪਤੀ ਵੀ ਹੋਇਆ ਤਾਂ ਪਿਤਾ ਵੀ ਹੋਇਆ। ਪ੍ਰਵੇਸ਼ ਕਰ ਆਪਣੀ ਬੰਨੀ ਮਨਾ ਜੁਗਲ ਵੀ ਮੈਨੂੰ ਬਣਾਇਆ ਹੈ ਅਤੇ ਬੱਚਾ ਵੀ ਬਣਾਇਆ ਹੈ। ਇਹ ਤਾਂ ਬੜੀਆਂ ਰਮਣੀਕ ਗੱਲਾਂ ਹੈ ਜੋ ਸਮੁੱਖ ਸੁਣ ਦੀਆਂ ਹੈ। ਤੁਹਾਡੇ ਵਿੱਚ ਵੀ ਨੰਬਰ ਵਾਰ ਸਮਝਦੇ ਹੈ, ਜੇਕਰ ਸਭ ਸਮਝਦੇ ਹੋਣ ਤਾਂ ਫਿਰ ਸਮਝਾ ਨਹੀਂ ਸਕਦੇ ਹੈ ਤਾਂ ਗੋਇਆ ਕੁਛ ਨਹੀਂ ਸਮਝਿਆ। ਜੜ ਬੀਜ ਨਾਲ ਝਾੜ ਕਿਵੇਂ ਪੈਦਾ ਹੁੰਦਾ ਹੈ ਇਹ ਤਾਂ ਕੋਈ ਵੀ ਝੱਟ ਦੱਸ ਸਕਦਾ ਹੈ। ਇਸ ਬੇਹਦ ਦੇ ਝਾੜ ਦਾ ਗਿਆਨ ਜਦੋਂ ਤੱਕ ਬਾਪ ਨਾ ਆ ਕੇ ਸਮਝਾਏ ਉਦੋਂ ਤੱਕ ਕੋਈ ਸਮਝ ਨਹੀਂ ਸਕਦੇ। ਤੁਸੀਂ ਜਾਣਦੇ ਹੋ ਅਸੀਂ ਬਾਪ ਕੋਲੋਂ ਰਾਜਯੋਗ ਸਿੱਖ ਕੇ ਵਰਸਾ ਲੈ ਰਹੇ ਹਾਂ। ਇਹ ਬੁੱਧੀ ਵਿੱਚ ਹੋਣਾ ਚਾਹੀਦਾ ਹੈ, ਇਹ ਡਬਲ ਸੰਬੰਧ ਹੈ, ਉੱਥੇ ਦਾ ਸਿੰਗਲ ਸੰਬੰਧ ਰਹਿੰਦਾ ਹੈ। ਪਰ ਲੌਕਿਕ ਬਾਪ ਨੂੰ ਯਾਦ ਨਹੀਂ ਕਰਦੇ, ਇੱਥੇ ਉਹ ਸਭ ਹੈ ਬੰਧਨ। ਤੁਸੀਂ ਜਾਣਦੇ ਹੋ ਅਸੀਂ ਇਸ ਸਮੇਂ ਉਸ ਬੰਧਨ ਵਿੱਚ ਵੀ ਹਾਂ, ਪਿਤਾ ਦੇ ਸੰਬੰਧ ਵਿੱਚ ਹੁਣ ਆਏ ਹਾਂ। ਉਸ ਬੰਧਨ ਤੋਂ ਛੁੱਟਣ ਦੇ ਲਈ ਅੱਜ ਕੱਲ੍ਹ ਤੇ ਕਿੰਨੇ ਮਤ ਹੋ ਗਏ ਹੈ, ਆਪਸ ਵਿੱਚ ਲੜਦੇ ਝਗੜਦੇ ਰਹਿੰਦੇ ਹੈ, ਪਾਣੀ ਦੇ ਲਈ ਧਰਨੀ ਦੇ ਲਈ ਵੀ ਲੜਦੇ ਰਹਿੰਦੇ ਹੈ। ਇਹ ਸਾਡੀ ਹੱਦ ਵਿੱਚ ਹੈ, ਇਹ ਤੁਹਾਡੀ ਹੱਦ ਵਿੱਚ ਨਹੀਂ ਹੈ, ਬਿਲਕੁਲ ਹੀ ਹੱਦ ਵਿੱਚ ਆ ਗਏ ਹੈ। ਇਹ ਭਾਵੇਂ ਗਾਉਂਦੇ ਹੈ ਕਿ ਭਾਰਤ ਵਾਸੀ ਸਤਯੁਗ ਵਿੱਚ ਬੇਹੱਦ ਦੇ ਮਾਲਿਕ ਸੀ, ਜੋ ਮਾਲਿਕ ਸੀ ਉਹ ਹੀ ਫਿਰ ਭੁੱਲ ਜਾਂਦੇ ਹੈ, ਭੁੱਲਣਾ ਵੀ ਜ਼ਰੂਰ ਹੈ, ਫਿਰ ਬਾਪ ਆ ਕੇ ਸਮਝਾਉਂਦੇ ਹੈ। ਇਹਨਾਂ ਗੱਲਾਂ ਨੂੰ ਹੁਣ ਤੁਸੀਂ ਜਾਣਦੇ ਹੋ, ਉੱਥੇ ਹੈ ਬੰਧਨ, ਇੱਥੇ ਮਾਤ ਪਿਤਾ ਨਾਲ ਸੰਬੰਧ ਹੈ, ਜਾਣਦੇ ਹੈ ਅਸੀਂ ਸ਼੍ਰੀਮਤ ਤੇ ਚੱਲ ਅਥਾ ਸੁੱਖ ਦਾ ਵਰਸਾ ਪਾ ਰਹੇ ਹਾਂ। ਬਾਪ ਕਹਿੰਦੇ ਹੈ ਮੈਂ ਤੁਹਾਨੂੰ ਸੁੱਖ ਦਾ ਵਰਸਾ ਦਿੰਦਾ ਹਾਂ, ਫਿਰ ਸ਼ਰਾਪ ਕੌਣ ਦਿੰਦਾ ਹੈ? ਮਾਇਆ ਰਾਵਣ ਸ਼ਰਾਪ ਵਿੱਚ ਹੈ, ਦੁੱਖ ਵਰਸੇ ਵਿੱਚ ਤਾਂ ਸੁੱਖ ਹੁੰਦਾ ਹੈ। ਮਨੁੱਖ ਇਹ ਨਹੀਂ ਜਾਣਦੇ ਹੈ ਕਿ ਮਨੁੱਖ ਨੂੰ ਦੁੱਖ ਦਾ ਵਰਸਾ ਕੌਣ ਦਿੰਦਾ ਹੈ। ਬਾਪ ਸਤਯੁਗ ਸਥਾਪਨ
ਕਰਦੇ ਹੈ ਤਾਂ ਜ਼ਰੂਰ ਸੁੱਖ ਦਾ ਹੀ ਵਰਸਾ ਦੇਣਗੇ। ਬਾਪ ਨੂੰ ਦੁੱਖ ਦਾ ਵਰਸਾ ਦੇਣ ਵਾਲਾ ਥੋੜ੍ਹਾ ਹੀ ਕਹਾਂਗੇ। ਦੁੱਖ ਦਾ ਦੁੱਖ ਤਾਂ ਦੁਸ਼ਮਣ ਦਿੰਦੇ ਹੈ, ਪਰ ਇਹ ਗੱਲਾਂ ਕੋਈ ਸਮਝਦੇ ਨਹੀਂ। ਕਿੱਥੇ ਵੀ ਕਿੱਥੇ ਦੀ ਗੱਲ ਕਿੱਥੇ ਲੈ ਗਏ ਹੈ। ਕਹਿੰਦੇ ਹੈ ਲੰਕਾ ਲੁੱਟੀ ਜਾਂਦੀ ਹੈ, ਸੋਨਾ ਲੈ ਆਉਂਦੇ ਹੈ। ਹੁਣ ਸੋਨਾ ਕੋਈ ਸਿਲੌਨ ਵਿੱਚ ਨਹੀਂ ਰੱਖਿਆ ਹੈ, ਸੋਨਾ ਤਾਂ ਮਿਲਦਾ ਹੈ ਖਾਨੀਆਂ ਤੋਂ, ਕਿੱਥੇ ਨਦੀਆਂ ਤੋਂ ਵੀ ਮਿਲਦਾ ਹੈ। ਬੱਚੇ ਜਾਣਗੇ ਹੈ ਇਹ ਅਨਾਦੀ ਵਰਲਡ ਡਰਾਮਾ ਹੈ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਨੰਬਰਵਾਰ ਪੁਰਸ਼ਾਰਥ ਅਨੁਸਾਰ ਬੈਠਿਆ ਹੈ। ਜੋ ਸਮਝਦੇ ਨਹੀਂ, ਨਾ ਸਮਝ ਸਕਦੇ ਤਾਂ ਉਹ ਕੀ ਪਦਵੀ ਪਾਉਣਗੇ? ਪੜ੍ਹੇ ਹੋਏ ਦੇ ਅੱਗੇ ਭਰੀ ਢਾਉਣਗੇ। ਰਾਜਾ ਰਾਣੀ ਪ੍ਰਜਾ ਵਿੱਚ ਫਰਕ ਤੇ ਹੈ ਨਾ, ਜਿਵੇਂ ਇਹ ਮੰਮਾ ਬਾਬਾ ਜਾ ਕੇ ਉੱਚ ਪਦਵੀ ਪਾਉਂਦੇ ਹੈ, ਤੁਸੀਂ ਵੀ ਪੁਰਸ਼ਾਰਥ ਕਰ ਇੰਨਾ ਪੜ੍ਹੋ ਜੋ ਮੰਮਾ ਬਾਬਾ ਦੇ ਤਖ਼ਤ 'ਤੇ ਬੈਠੋ, ਵਿਜੇ ਮਾਲਾ ਦਾ ਦਾਣਾ ਬਣੋ। ਟੈਂਪਟੇਸ਼ਨ ਬਹੁਤ ਦਿੱਤੀ ਜਾਂਦੀ ਹੈ, ਰਾਜਯੋਗ ਹੈ ਨਾ, ਤੁਸੀਂ ਰਾਜਯੋਗੀ ਤੋਂ ਰਜਾਈ ਪ੍ਰਾਪਤ ਕਰ ਲਵੋ। ਘੱਟ ਤੋਂ ਘੱਟ ਪੁਰਸ਼ਾਰਥ ਅਨੁਸਾਰ ਪ੍ਰਜਾ ਤਾਂ ਬਣੇਗੀ ਹੀ, ਹਮੇਸ਼ਾ ਕਿਹਾ ਜਾਂਦਾ ਹੈ ਫਾਲੋ ਫਾਦਰ। ਤੁਸੀਂ ਬੱਚੇ ਹੋ ਨਾ, ਉਹ ਫਾਦਰ, ਫਿਰ ਇਹ ਫਾਦਰ ਇੱਥੇ, ਫਿਰ ਮਦਰ ਵੀ ਹੈ, ਨੰਬਰ 1 ਫਾਲੋ ਕਰ ਰਹੀ ਹੈ। ਤੁਸੀਂ ਹੈ ਭਰਾ ਭੈਣ, ਬਾਪ ਤੇ ਇਹਨਾਂ ਇੱਕ ਹੋਣਾ ਚਾਹੀਦਾ ਹੈ, ਉਹ ਗੋਡਫਾਦਰ ਸਭ ਕਹਿੰਦੇ ਹੈ ਤਾਂ ਸਭ ਭਰਾ ਭੈਣ ਹੋ ਗਏ, ਹੋਰ ਜਾਸਤੀ ਕੋਈ ਸੰਬੰਧ ਨਹੀਂ, ਭਰਾ ਭੈਣ ਬਸ। ਅਤੇ ਉਹਨਾਂ ਦਾ ਬਾਪ ਦਾਦਾ ਭਰਾ ਭੈਣਾਂ ਦੇ ਬਹੁਤ ਹੈ। ਬਾਪ ਇੱਕ ਹੈ, ਦਾਦਾ ਵੀ ਇੱਕ ਹੈ, ਇੱਕ ਪ੍ਰਜਾਪਿਤਾ ਬ੍ਰਹਮਾ ਹੈ, ਉਹਨਾਂ ਤੋਂ ਫਿਰ ਰਚਨਾ ਰਚੀ ਜਾਂਦੀ ਹੈ। ਤੁਸੀਂ ਭੈਣ ਭਰਾ ਹੀ ਪਦਵੀ ਪਾਉਂਦੇ ਹੈ ਨੰਬਰਵਾਰ ਪੁਰਸ਼ਾਰਥ ਅਨੁਸਾਰ, ਬਾਕੀ ਜਾ ਕੇ ਆਪਣੇ ਆਪਣੇ ਝਾੜ ਵਿੱਚ ਲਟਕਣਗੇ। ਟਿਕਾਣਾ ਤਾਂ ਹੈ ਨਾ, ਜਿੱਥੋਂ ਤੋਂ ਫਿਰ ਨੰਬਰਵਾਰ ਆਉਂਦੇ ਹੈ, ਇੱਥੇ ਹੈ ਜੀਵਨ ਬੰਦ, ਆਤਮਾਵਾਂ ਉੱਥੇ ਤੋਂ ਪਹਿਲੇ ਪਹਿਲੇ ਸੁੱਖ ਵਿੱਚ ਆਉਂਦੀਆਂ ਹੈ, ਇਸ ਲਈ ਪਹਿਲੇ ਜੀਵਨ ਮੁਕਤ ਹੁੰਦੀਆਂ ਹੈ, ਪਹਿਲੇ ਪਹਿਲੇ ਹੁੰਦੀ ਹੈ ਸਵਰਗ ਵਿੱਚ ਭਾਰਤ ਵਾਸੀਆਂ ਦੀ ਜੀਵਨ ਮੁਕਤੀ। ਕਿੰਨੀ ਵਧੀਆ ਚੰਗੀਆਂ ਗੱਲਾਂ ਬਾਪ ਸੁਣਾਉਂਦੇ ਹੈ। ਮੇਰਾ ਤਾਂ ਇੱਕ ਸਰਵੋਤਮ ਟੀਚਰ ਦੂਸਰਾ ਨਾ ਕੋਈ, ਕੰਨਿਆਵਾਂ ਕਹਿਣਗੀਆਂ ਮੇਰਾ ਤਾਂ ਇੱਕ ਸ਼ਿਵਾ ਵਾ ਦੂਸਰਾ ਨਾ ਕੋਈ। ਕੰਨਿਆਵਾਂ ਨੂੰ ਇਸ ਵਿੱਚ ਪੂਰਾ ਅਟੈਂਸ਼ਨ ਦੇਣਾ ਹੈ, ਇਸ ਗੌਰਮੈਂਟ 'ਤੇ ਹੋ ਗਏ ਤਾਂ ਫਿਰ ਈਸ਼ਵਰੀ ਸਰਵਿਸ ਵਿੱਚ ਲੱਗ ਜਾਣਾ ਹੈ, ਫਿਰ ਆਸੂਰੀ ਸਰਵਿਸ ਕਿਵੇਂ ਕਰ ਸਕਦੀ। ਹਰ ਇੱਕ ਦੇ ਕਰਮ ਬੰਧਨ ਅਨੁਸਾਰ ਰਾਏ ਦਿੱਤੀ ਜਾਂਦੀ ਹੈ, ਦੇਖਿਆ ਜਾਂਦਾ ਹੈ ਨਿਕਲ ਸਕਦੀ ਹੈ ਜਾਂ ਨਹੀਂ। ਚੰਗੇ ਸ਼ਰੂੜ ਬੁੱਧੀ ਹੈ ਤਾਂ ਫਿਰ ਔਨ ਗੋਡਲੀ ਸਰਵਿਸ ਓਨਲੀ ਹੋ ਜਾਂਦੀ ਹੈ। ਤੁਸੀਂ ਬੱਚਿਆਂ ਦੀ ਹੈ ਗੋਡਲੀ ਸਰਵਿਸ, ਨਿਰਾਕਾਰੀ ਬਣਾਉਣ ਦੀ ਸਰਵਿਸ। ਅਸੀਂ ਸੈਨਾ ਹਾਂ, ਗੋਡ ਸਾਨੂੰ ਮਾਇਆ ਨਾਲ ਯੁੱਧ ਕਰਨਾ ਸਿਖਾਉਂਦੇ ਹੈ। ਰਾਵਣ ਸਭ ਤੋਂ ਜਾਸਤੀ ਪੁਰਾਣਾ ਦੁਸ਼ਮਣ ਹੈ, ਇਹ ਸਿਰਫ ਤੁਸੀਂ ਹੀ ਜਾਣਦੇ ਹੋ। ਤੁਸੀਂ ਰਾਵਣ 'ਤੇ ਵਿਜੇ ਪਾ ਕੇ ਹੀਰੇ ਜਿਹਾ ਬਣੋਗੇ। ਬੱਚਿਆਂ ਨੂੰ ਉਹ ਹਿੰਮਤ, ਉਹ ਨਸ਼ਾ ਰਹਿਣਾ ਚਾਹੀਦਾ ਹੈ। ਮਨੁੱਖ 'ਤੇ ਲੜਦੇ ਰਹਿੰਦੇ ਹੈ ਸਭ ਜਗ੍ਹਾ, ਵੇਖੋ ਝਗੜਾ ਹੀ ਝਗੜਾ ਹੈ, ਸਾਡਾ ਕਿਸੇ ਨਾਲ ਝਗੜਾ ਨਹੀਂ। ਬਾਪ ਕਹਿੰਦੇ ਹੈ ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ, ਫਿਰ ਵਰਸੇ ਨੂੰ ਯਾਦ ਕਰੋ। ਇਹ ਵੀ ਕਿਸੇ ਨੂੰ ਸੁਣਾਉਣਾ ਪਏ ਨਾ, ਬਾਪ ਦਾ ਪਰਿਚੈ ਅਤੇ ਉਹਨਾਂ ਨਾਲ ਬੁੱਧੀ ਯੋਗ ਲਗਾਉਣਾ ਹੈ। ਉਹ ਸਦੈ ਮਾਤ ਪਿਤਾ ਹੈ, ਸ਼ਿਵ ਬਾਬਾ ਹੈ, ਤਾਂ ਦੱਸੋ ਤੁਹਾਡੀ ਮਾਤਾ ਕਿਹੜੀ ਹੈ। ਇਹ ਵੀ ਕਿੰਨੀਆਂ ਗੁਪਤ ਗੱਲਾਂ ਹੈ ਤੁਸੀਂ ਪੁੱਛਦੇ ਹੈ। ਆਤਮਾ ਦਾ ਬਾਪ ਕੌਣ ਹੈ? ਉਹ ਵੀ ਲਿਖ ਦੇਣਗੇ, ਪਰਮਾਤਮਾ ਹੈ। ਅੱਛਾ, ਮਾਤਾ ਕਿੱਥੇ ਹੈ? ਮਾਤਾ ਬਿਨਾਂ ਬੱਚਿਆਂ ਨੂੰ ਰਚਣਗੇ ਕਿਵੇਂ? ਤਾਂ ਫਿਰ ਜਗਤੰਬਾ ਵੱਲ ਚਲੇ ਜਾਣਗੇ। ਅੱਛਾ, ਜਗਤੰਬਾ ਨੂੰ ਕਿਵੇਂ ਰਚਿਆ ਇਹ ਵੀ ਕਿਸੇ ਨੂੰ ਪਤਾ ਨਹੀਂ ਹੈ। ਤੁਸੀਂ ਜਾਣਦੇ ਹੋ ਬ੍ਰਹਮਾ ਦੀ ਬੇਟੀ ਸਰਸਵਤੀ ਹੈ, ਉਹ ਵੀ ਮੁੱਖ ਵੰਸ਼ਾਵਲੀ ਹੈ, ਰਚਤਾ ਤੇ ਬਾਪ ਹੀ ਹੈ। ਅੱਛਾ, ਮਿੱਠੇ ਮਿੱਠੇ ਸਿੱਕੇ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮੋਰਨਿੰਗ ਰੂਹਾਨੀ ਬਾਪ ਦੀ, ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖਿਆ ਸਾਰ ਨੰਬਰ 1 ਪਰ ਮੇਰਾ ਤਾਂ ਇੱਕ ਸਰਵੋਤਮ ਟੀਚਰ ਦੂਸਰਾ ਨਾ ਕੋਈ, ਇਸੇ ਨਿਸ਼ਚੈ ਨਾਲ ਮਾਤ ਪਿਤਾ ਸਮਾਨ ਪੜ੍ਹਾਈ ਪੜ੍ਹਨੀ ਹੈ, ਪੁਰਸ਼ਾਰਥ ਵਿੱਚ ਪੂਰਾ ਫਾਲੋ ਕਰਨਾ ਹੈ। ਨੰਬਰ 2 ਦੇਹ ਦੇ ਬੰਧਨ ਨੂੰ ਬੁੱਧੀ ਤੋਂ ਤੋੜਨਾ ਹੈ,
दैवी मत दे चल, सदा हर्षित रहना है, ईश्वरीय सेवा करनी है। वरदान है अज का किनारा करन दी बजाए खुद नूं एडजस्ट करन वाले सहनशीलता दे अवतार भव। किनारा करन दी बजाए खुद नूं एडजस्ट करन वाले सहनशीलता दे अवतार भव। आज बाबा आखदे ने कईयां बच्चियां विच सहनशीलता दी कमी हुंदी है, इसलिए कोई छोटी जिही गल भी हुंदी है तां चेहरा बहुत जल्दी बदल जाता है, फिर घबरा के जा तां जगह नूं बदलन दी सोचणगे, जा जिन्ने तो तंग होणगे उहनां नूं बदल देणगे, अपने नूं नहीं बदलणगे लेकिन दूजियां तो किनारा कर लैणगे। इसलिए जगह जा दूसरे नूं बदलन दी बजाए खुद नूं बदल लवो, सहनशीलता दा अवतार बन जाओ, सब दे नाल खुद नूं एडजस्ट करना सिखो। स्लोगन अज दा, परमार्थ दे आधार नाल व्यवहार नूं सिद्ध करना यही जोगी दे लक्षण है। परमार्थ दे आधार नाल व्यवहार नूं सिद्ध करना यही जोगी दे लक्षण है। चंगा, ओम शांति।